ਪਿਛਲੇ 10 ਸਾਲਾਂ ਤੋਂ ਪਿੰਡ ਬੁਰਜ ਮਾਨਸਾ ਦੇ ਕਿਸਾਨਾਂ ਵੱਲੋਂ ਸਬਜ਼ੀਆਂ ਦੀ ਕਾਸ਼ਤ ਕੀਤੀ ਜਾ ਰਹੀ ਹੈ ਅਤੇ ਇਸ ਵਾਰ ਮੁਸਲਾਧਾਰ ਬਰਸਾਤ ਹੋਣ ਕਾਰਨ ਉੱਪਰ ਲੱਗੀਆਂ ਸਬਜ਼ੀਆਂ ਨੂੰ ਭਾਰੀ ਨੁਕਸਾਨ ਹੋਇਆ ਹੈ ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾ ਚੁੱਕੇ ਹਨ ਜਿੱਥੇ ਪਹਿਲਾਂ ਪ੍ਰਤੀ ਏਕੜ 1 ਲੱਖ ਰੁਪਈਆ ਆਮਦਨ ਹੁੰਦੀ ਸੀ ਉੱਥੇ ਹੁਣ ਬਰਸਾਤ ਕਾਰਨ 20,000 ਪ੍ਰਤੀ ਏਕੜ ਆਮਦਨ ਰਹਿ ਚੁੱਕੀ ਹੈ ਕਿਸਾਨਾਂ ਵੱਲੋਂ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ ਬਠਿੰਡਾ ਤੋਂ ਧਰਮਿੰਦਰ ਦੀ ਰਿਪੋਰਟ ਲਾਈਵ ਭਾਰਤ ਗੁਰਜਾਨ ਸਿੰਘ ਜੀ ਪਿੰਡ ਕਿਹੜਾ ਤੁਹਾਡਾ ਬੁਰਜ ਮਾਨਸਾ ਜੀ ਤੋਰੀ ਲਾਉਂਦੇ ਨੇ ਤੁਹਾਨੂੰ ਕਿੰਨਾ ਚਿਰ ਹੋ ਗਿਆ ਤੋਰੀ ਲਾਉਂਦੇ ਤੁਹਾਨੂੰ ਹੋ ਗਣਗੇ ਜੀ 8-10 ਸਾਲ ਜੀ ਕਿੰਨੀ ਕੁ ਇਨਕਮ ਹੋ ਜਾਂਦੀ ਸੀ ਕਿੱਲੇ 'ਚੋਂ ਅੱਗੇ ਤਾਂ ਜੀ ਹੋ ਜਾਂਦੀ ਸੀਗੀ ਮੰਨ ਕੇ ਚਲੋ ਜੀ 1-1.5 ਲੱਖ ਰੁਪਇਆ ਵੱਟਿਆ ਜਾਂਦਾ ਸੀ ਕਿੱਲੇ 'ਚੋਂ ਐਤਕੀ ਬਰਸਾਤ ਨੇ ਤੁਹਾਡਾ ਕਿੰਨਾ ਕੁ ਨੁਕਸਾਨ ਵਾਧੂ ਨੁਕਸਾਨ ਕਰਿਆ ਜੀ ਐਤਕੀ ਐਤਕੀ ਬਰਸਾਤ ਬਹੁਤ ਪਈ ਹੈ ਜੀ ਹੁਣ ਮੰਨ ਕੇ ਜੀ ਬਰਸਾਤ ਦੇ ਹਿਸਾਬ ਨਾਲ ਜੀ ਕਰੈਨ ਨਾਲ ਪਾਣੀ ਕੱਢਿਆ ਜੀ ਪਾਸੇ ਟੋਆ ਪੱਟ ਕੇ ਕਰੈਨ ਵਾਲੇ ਵੀ ਹੁਣ ਦੇਖੋ ਜੀ ਪੈਸੇ ਤਾਂ ਲੈਂਦੇ ਹੀ ਆ ਦੁੱਗਣੇ ਲੈਂਦਾ ਜੀ ਐਤਕੀ ਧੱਕਾ ਬਹੁਤ ਲੱਗਾ ਜੀ ਸਰਕਾਰ ਨੂੰ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਜੀ ਐਤਕੀ ਕਿੰਨੀ ਕੁ ਲੱਗਦਾ ਤੁਹਾਨੂੰ ਹੁਣ ਕਿੰਨੀ ਕੁ ਤੋਰੀ ਹੋ ਰਹੀ ਹੈ ਐਤਕੀ ਤਾਂ ਤੋਰੀ ਹੁਣ ਜੀ ਲਿਫਾਫੇ 2 ਲੈਂਦੇ ਜੀ ਕਿੱਲੇ 'ਚੋਂ ਕਿੱਥੇ ਲੈਂਦੀ ਸੀ ਅੱਗੇ 3-3 ਕੁਆਟਲ ਅਤੇ ਕੱਦੂ ਜੀ ਕੱਦੂ ਵੀ ਨਹੀਂ ਜਮ੍ਹਾਂ ਲੱਗਦਾ ਜੀ ਅੱਗੇ ਕੱਦੂ ਬਹੁਤ ਲੱਗਦਾ ਸਾਰਾ ਕਿੱਲੇ 'ਚੋਂ ਮੇਰੇ ਸਾਹਮਣੇ ਜੇ ਕੱਦੂ ਤੋੜਨਾ ਹੋਵੇ ਮਸਾਂ 20 ਕਿਲੋ ਟੁੱਟਦਾ ਜੀ ਅੱਗੇ 1 ਲੱਖ ਰੁਪਏ ਕਿੱਲੇ 'ਚ ਤੁਸੀਂ ਦੱਸਦੇ ਸੀ ਆਮਦਨ ਹੋ ਜਾਂਦੀ ਸੀ ਇਸ ਵਾਰ ਕਿੰਨੀ ਹੋਊਗੀ ਕਿੰਨੇ ਕੁ ਰੁਪਈਆਂ ਦੀ ਹੋਊਗੀ ਇਸ ਵਾਰ ਤਾਂ ਘਟੂਗੀ ਜੀ ਮੇਰੇ ਹਿਸਾਬ ਨਾਲ ਕਿੰਨੀ ਮਾੜਾ ਮੋਟਾ ਫਰਕ ਪੈ ਜੂਗਾ ਬਾਬਾ ਕੀ ਮੰਗ ਕਰਦੇ ਹੋ ਸਰਕਾਰ ਤੋਂ ਮੰਗ ਇਹੀ ਕਰਦੇ ਹਾਂ ਜੀ ਹੁਣ ਸਰਕਾਰ ਨੂੰ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਜੀ ਐਤਕੀ ਤਾਂ ਬਸ ਐਂ ਮੰਨੋ ਜੀ ਬਸ ਇੰਨੀ ਸਬਜ਼ੀ ਹੁੰਦੀ ਨਹੀਂ ਜੀ ਹੁਣ ਜਿਹੜਾ ਬੰਦਾ ਠੇਕੇ 'ਤੇ ਬਹਾਣ ਲੈਂਦਾ ਜੀ ਘੱਟੋ ਘੱਟ ਹੁਣ ਮੰਨ ਕੇ ਚਲੋ ਜੀ 1 ਲੱਖ ਰੁਪਏ 90,000 ਨੂੰ ਕਿੱਲਾ ਠੇਕੇ 'ਤੇ ਲੈਂਦਾ ਅਗਲਾ ਉਹ ਮਾਰਿਆ ਜਾਂਦਾ ਜੀ ਅਗਲਾ